ਹੈਲੋ ਫਰੈਂਡਸ, ਦੇਖੋ ਬਾਰਿਸ਼ ਨਾਲ ਕਿੰਨਾ ਵਧੀਆ ਮੌਸਮ ਹੋ ਰਿਹਾ। ਅੱਜ ਮੋਰਨਿੰਗ ਤੋਂ ਹੀ ਬਾਰਿਸ਼ ਸਟਾਰਟ ਹੈ। ਹੁਣ ਆਪਾਂ ਬਣਾਵਾਂਗੇ ਕੁਛ ਫਰਾਈ, ਕ੍ਰਿਸਪੀ ਕ੍ਰਿਸਪੀ। ਹੁਣ ਦੇਖੋ ਕਿੰਨੀ ਬਾਰਿਸ਼। ਅੱਜ ਬਣਾਵਾਂਗੇ ਆਲੂ ਅਤੇ ਬੇਸਣ ਦੀਆਂ ਟਿੱਕੀਆਂ। ਉਬਲੇ ਹੋਏ ਆਲੂ ਲਿੱਤੇ ਨੇ, ਬੇਸਣ, ਨਮਕ, ਲਾਲ ਮਿਰਚ ਪਾਊਡਰ, ਅਨਾਰਦਾਨਾ, ਸੁੱਕਾ ਧਨੀਆ ਅਤੇ ਸਾਬਤ ਜੀਰਾ, ਕੱਟੀ ਹੋਈ ਹਰੀ ਮਿਰਚ, ਲਸਣ ਅਦਰਕ ਦਾ ਪੇਸਟ ਅਤੇ ਹਰਾ ਧਨੀਆ ਲਿਆ ਮੈਂ। ਆਲੂ ਨੂੰ ਮੈਸ਼ ਕਰ ਲਵਾਂਗੇ। ਮੈਸ਼ ਕੀਤੇ ਆਪਾਂ ਇੱਕ ਬੋਲ 'ਚ ਟ੍ਰਾਂਸਫਰ ਕਰ ਲਵਾਂਗੇ, ਕਿਉਂਕਿ ਪਲੇਟ 'ਚ ਮੈਨੂੰ ਥੋੜ੍ਹੀ ਦਿੱਕਤ ਹੋ ਰਹੀ ਸੀ ਨਾ ਸਮਾਨ ਮਿਕਸ ਕਰਨ ਲੱਗੇ। ਹੁਣ ਆਪਾਂ ਅਦਰਕ ਲਸਣ ਦਾ ਪੇਸਟ ਅਤੇ ਕੱਟੀ ਹੋਈ ਹਰੀ ਮਿਰਚ ਅਤੇ ਹਰਾ ਧਨੀਆ ਐਡ ਕਰਾਂਗੇ। ਅਨਾਰਦਾਨਾ ਅਤੇ ਇੱਕ ਚਮਚ ਨਮਕ, ਅੱਧਾ ਚਮਚ ਲਾਲ ਮਿਰਚ ਪਾਊਡਰ, ਇੱਕ ਚਮਚ ਲਾਲ ਮਿਰਚ ਪਾਊਡਰ ਅਤੇ ਸਾਬਤ ਜੀਰਾ ਅਤੇ ਧਨੀਆ ਵੀ ਐਡ ਕਰ ਦਾਂਗੇ। ਹੁਣ ਆਲੂ ਮੈਸ਼ ਕਰ ਲਿੱਤੇ, ਸਾਰਾ ਸਮਾਨ ਵੀ ਮਿਕਸ ਕਰ ਲਿੱਤਾ ਇਸਦੇ ਵਿੱਚ ਆਪਾਂ। ਆਪਾਂ ਬੇਸਣ ਦੇ ਵਿੱਚ ਇੱਕ ਕੋਲੀ ਬੇਸਣ ਲਿਆ ਮੈਂ, ਅੱਧਾ ਚਮਚ ਲਾਲ ਮਿਰਚ ਪਾਊਡਰ ਅਤੇ ਇੱਕ ਚੁਟਕੀ ਹਲਦੀ ਅਤੇ ਨਮਕ ਇੱਕ ਅੱਧਾ ਚਮਚ ਅਤੇ ਜੀਰਾ ਅਤੇ ਅਜਵਾਈਨ ਇਸਨੂੰ ਐਡ ਕਰ ਲਵਾਂਗੇ ਬੇਸਣ ਵਿੱਚ। ਹੁਣ ਆਪਾਂ ਇਸਦਾ ਬੈਟਰ ਤਿਆਰ ਕਰਾਂਗੇ, ਥੋੜ੍ਹਾ ਪਾਣੀ ਪਾ ਕੇ। ਬੇਸਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਸਦੇ ਵਿੱਚ ਕੋਈ ਲੰਬਸ ਨਾ ਰਹਿ ਜਾਣ। ਥੋੜ੍ਹਾ ਪਾਣੀ ਹੋਰ ਐਡ ਕਰਾਂਗੇ, ਨਾ ਹੀ ਜ਼ਿਆਦਾ ਪਤਲਾ ਬਣਾਉਣਾ ਅਤੇ ਨਾ ਹੀ ਜ਼ਿਆਦਾ ਗਾੜਾ। ਇਸ ਤਰ੍ਹਾਂ ਦਾ ਬੈਟਰ ਰੱਖਣਾ ਤਾਂ ਕਿ ਟਿੱਕੀ ਦੇ ਉੱਪਰ ਸਾਰਾ ਕਵਰ ਹੋ ਸਕੇ। ਹੁਣ ਆਪਾਂ ਇਸ ਨੂੰ ਰੱਖ ਦਿੰਦੇ ਹਾਂ 2 ਮਿੰਟ ਲਈ। ਹੁਣ ਆਪਾਂ ਇਸ ਦੀਆਂ ਨਿੱਕੀਆਂ ਨਿੱਕੀਆਂ ਟਿੱਕੀਆਂ ਬਣਾ ਲਵਾਂਗੇ। ਤੁਸੀਂ ਜੇ ਕੋਈ ਵੀ ਆਕਾਰ 'ਚ ਬਣਾ ਸਕਦੇ ਹੋ। ਰੋਕ ਤੋਂ ਵੀਡੀਓ ਕੱਟ ਦਿਓ। ਹੁਣ ਆਪਾਂ ਇਸ ਦੀਆਂ ਟਿੱਕੀਆਂ ਬਣਾਵਾਂਗੇ ਛੋਟੀ ਛੋਟੀਆਂ। ਹੁਣ ਮੈਂ ਗੋਲ ਆਕਾਰ 'ਚ ਬਣਾ ਰਹੀ, ਤੁਸੀਂ ਕੋਈ ਵੀ ਆਕਾਰ ਬਣਾ ਸਕਦੇ, ਕਿਸੇ ਵੀ ਸ਼ੇਪ 'ਚ ਲੈ ਸਕਦੇ ਇਸਨੂੰ ਬਣਾਉਣ ਵਾਸਤੇ। ਇਸ ਸਾਲ ਬਾਰਿਸ਼ਾਂ ਬਹੁਤ ਹੋ ਰਹੀਆਂ ਨੇ ਵੈਸੇ, ਪਿਛਲੇ ਸਾਲ ਵੀ 19 'ਚ ਵੀ ਬਾਰਿਸ਼ਾਂ ਬਹੁਤ ਸੀ ਅਤੇ ਹੁਣ ਵੀ ਬਹੁਤ ਹੋ ਰਹੀ ਹੈ ਬਾਰਿਸ਼, ਅੱਜ ਵੀ ਸਵੇਰ ਦੀ ਬਹੁਤ ਬਾਰਿਸ਼ ਹੈ। ਇਸ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਬਣਾ ਲਵਾਂਗੇ। ਇਸ ਤਰ੍ਹਾਂ ਟਿੱਕੀਆਂ ਬਣਾ ਲਈਆਂ ਨੇ ਮੈਂ। ਹੁਣ ਆਪਾਂ ਕੜਾਹੀ 'ਚ ਤੇਲ ਗਰਮ ਕਰਾਂਗੇ। ਮੈਂ ਸਰ੍ਹੋਂ ਤੇਲ ਲਿਆ ਰਹੀ, ਤੁਸੀਂ ਕੋਈ ਵੀ ਰਿਫਾਇੰਡ ਜਾਂ ਕਿਸੇ ਚੀਜ਼ ਵੀ ਇਹਨੂੰ ਫਰਾਈ ਕਰ ਸਕਦੇ ਹੋ, ਡੀਪ ਫਰਾਈ ਕਰਾਂਗੇ। ਹੁਣ ਆਪਾਂ ਇੱਕ ਵਾਰੀ ਬੇਸਣ ਨੂੰ ਫਿਰ ਇਸ ਤਰ੍ਹਾਂ ਮਿਕਸ ਕਰ ਲਵਾਂਗੇ। ਤੇਲ ਪੂਰਾ ਫੁੱਲ ਗਰਮ ਹੋਣਾ ਚਾਹੀਦਾ।
ਗੈਸ ਤੱਕ ਕਰ ਦਾਂਗੇ ਤੇਲ ਹੋਣਾ ਚਾਹੀਦਾ ਫੁੱਲ ਗਰਮ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਫਰਾਈ ਹੋ ਚੁੱਕੀਆਂ ਨੇ ਦੇਖੋ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਕੱਢ ਲਾਂਗੇ ਅਤੇ ਵੇਖਣ ਬੜੀ ਬੜੀ ਜਲਦੀ ਬਰਾਊਨ ਜਿਹਾ ਹੋ ਜਾਂਦਾ ਨਾਲ ਦੀ ਨਾਲ ਇਹਨੂੰ ਖਲਦੇ ਰਹਿਣਾ ਟਿੱਕੀਆਂ ਵਿੱਚੋਂ ਹੁਣ ਥੋੜ੍ਹਾ ਘੱਟ ਹੀ ਰੱਖਣਾ ਤੇਲ ਪੂਰਾ ਫੁੱਲ ਪਹਿਲਾਂ ਗਰਮ ਕਰ ਲੈਣਾ ਫਿਰ ਇਹਨੂੰ ਘੱਟ ਗੈਸ 'ਤੇ ਪਕਾਉਣਾ ਦੋ ਵੱਜ ਚੱਲੇ ਆ ਬਾਹਰ ਛੱਲੇ ਵੀ ਦੇਖੋ ਪੈ ਰਹੀ ਸਵੇਰੇ 7 ਵਜੇ ਦੀ ਪੈ ਰਹੀ ਹੈ ਦੇਖੋ ਬੱਚੇ ਸਕੂਲ ਤੋਂ ਵੀ ਆ ਗਏ ਐਗਜ਼ਾਮ ਵਾਲੇ ਗੱਤੇ ਸਿਰ 'ਤੇ ਰੱਖੇ ਹੋਏ ਬਾਰਿਸ਼ ਤੋਂ ਬਚਦੇ ਹੋਏ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਟਿੱਕੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਆਹ ਦੇਖੋ ਕਿੰਨਾ ਸੋਹਣਾ ਕਲਰ ਆਇਆ ਟਿੱਕੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਦੇਖੋ ਧਨੀਏ ਅਤੇ ਪੁਦੀਨੇ ਦੀ ਚਟਨੀ ਅਤੇ ਨਾਲ ਮਿੱਠੀ ਗੁੜ ਵਾਲੀ ਚਟਨੀ ਨਾਲ ਖਾ ਸਕਦੇ ਤੁਸੀਂ ਬਹੁਤ ਮਜ਼ੇ ਦੀ ਬਣੀ ਆ ਅਗਲੀ ਨਵੀਂ ਵੀਡੀਓ ਲੈ ਕੇ ਫਿਰ ਮਿਲਾਂਗੇ ਬਾਏ ਬਾਏ ਤੁਸੀਂ ਵੀ ਕਰੋ ਬਾਰਿਸ਼ 'ਚ ਇੰਜੋਏ